ਬਰਫ ਲਾਈ ਨੇ ਤੇ ਉਹ ਥੱਲੇ ਪਾਤਾ ਬਰਫ ਨਿਕਲਣੀ ਵੀ ਹੈ ਇਧਰ ਗਲਾਸਾ ਵਿੱਚ ਲਾਇਆ ਨੇ ਸ਼ਾਨਦਾਰ ਛੱਕਾ। ਅਸਲਾਮ ਵਾਲੇਕੁਮ ਜੀ, ਉਮੀਦ ਕਰਦੇ ਹਾਂ ਸਾਨੂੰ ਠੀਕ ਠਾਕ ਹੋ, ਖੈਰੀ ਮੇਰੀ ਸੋ ਮਾੜਾ ਨਾ ਹੈ ਸੈਯਦ ਬਿਲਾਲ ਹੈ ਦਰਸੰਦ ਗੜਬੇ ਐਕਸਪਲੋਰ ਪਟਵਾਰ ਯੂਟਿਊਬ ਚੈਨਲ ਤੇ ਅੱਜ ਅਸਾਂ ਮੌਜੂਦ ਹਾਂ ਜੀ ਦੁਲਮੀ ਗੁਜਰ ਖਾਨ ਨੇ ਮੁੱਢ ਹੈ ਚਸ਼ਨਾ ਮੈਂ ਇਧਰੋਂ ਗਲਿਆਣੇ ਰੋਡ ਤੇ ਆਓ ਤਾਂ ਤਕਰੀਬਨ ਜਿਹੜਾ ਵਾ ਇੱਥੋਂ 2 ਕਿਲੋਮੀਟਰ ਅੱਗੇ ਵਾ ਗੁਜਰ ਖਾਨ। ਇਸ ਟਾਈਮ ਅਸਾਂ ਪਹੁੰਚ ਚੁੱਕੇ ਹਾਂ, ਅਸਾਂ ਮੇਲਾ ਵੀ ਤਕਾਸਾਂ, ਦਰਬਾਰ ਤੇ ਵੀ ਜੁਲਸਾਂ, ਇਹ ਕੋਈ ਚੂਲੇ ਛੂਲੇ ਅੰਮ੍ਰਿਤ ਸਿਆਣੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਕਿ ਨੇਜ਼ਾਬਾਜ਼ੀ ਵੀ ਹੋਣੀ ਪਈ ਆ, ਨੇਜ਼ਾਬਾਜ਼ੀ ਵੀ ਤਕਾਸਾਂ, ਪੂਰੇ ਪਾਕਿਸਤਾਨ 'ਚ ਮਸ਼ਹੂਰ ਨਾਮਵਰ ਕਲੱਬ ਇੱਥੇ ਆਏ ਹੋਣੇ। ਆਓ ਜੀ ਜੁਲਨੇ ਆ ਤੇ ਵੀਡੀਓ ਨਾਲ ਆਗਾਜ਼ ਕਰ। ਦੁਪਹਿਰੇ ਤਾਂ ਗਰਮੀ ਸੀ ਜੀ ਬਹੁਤ ਡਾਢੀ, ਤੇ ਫਿਰ ਅਸਾਂ ਪਿਛਲੇ ਟਾਈਮ ਨਿਕਲ ਪਏ ਹਾਂ ਫਾਈਨਲੀ ਤੇ ਤੂੜਾ 'ਚੋਂ ਗੁਜ਼ਰਨੇ ਰੋਡ 'ਚੋਂ ਕਿ ਹਾਲੇ ਨਹੀਂ ਬਣਿਆ ਤੇ ਆਖਰ ਫਿਰ ਅਸਾਂ ਪਹੁੰਚੇ ਹਾਂ ਜੀ ਦੁਲਮੀ ਮੇਲੇ ਵਿੱਚ। ਅੱਗੇ ਨੇ ਫਿਰ ਮਨਾਜ਼ਰ ਹੁਣ ਅਸਾਂ ਟਿਕਾਣੇ ਆ ਜੀ। ਤੇ ਘੋੜੇ ਕੁਝ ਜਿਹੜੇ ਨੇ ਇੱਧਰ ਬਾਹਰ ਹੋ ਗਏ ਨੇ, ਉਸਨੇ ਵਿੱਚੋਂ ਅੱਜ ਸੈਕਸ਼ਨ ਵਾਲੀ ਨੇਜ਼ਾਬਾਜ਼ੀ ਹੈ, ਇਕੱਲਾ ਨਹੀਂ ਸ਼ੁਰੂ ਹੈ, ਉਹ ਵਾਪਸ ਪੇ ਜਾਣੇ ਨੇ। ਬਾਕੀ ਇਹ ਰਾਹ ਨਾਲ ਹੀ ਦਰਬਾਰ ਨਾਲ ਹੀ ਜਿਹੜਾ ਨਾ ਪਾਣੇ ਪੇ ਜਲੇਬੀ ਚੈੱਕ ਕਰੋ, ਛੱਲੇ ਜਿਹੜਾ ਨਾ ਪਾਈਅਰ ਇਹ ਵੱਲ ਸੱਟੀ ਜਾਣੇ ਨੇ। ਭਾਅ ਲਾਈ ਹੈ ਜਲੇਬੀ ਜੀ 600 ਰੁਪਏ ਕਿਲੋ ਹੋ ਗਿਆ ਜੀ, 600 ਰੁਪਇਆ ਤੇ ਅਮਰਾ ਸਿਆਣਾ ਗਿਆ ਰੇਟ ਹੈ, ਸੈਮ ਰੇਟ ਹੈ 600। ਬਹੁਤ ਹੀ ਬਿਹਤਰੀਨ ਹੈ, ਦਿਸ ਰਿਹਾ ਵੇਚਦਾ। ਆਹਾ ਕਰਾਰੀ ਹੈ ਜੀ, ਇਕੜੇ ਇਕੜੇ 'ਚ ਕਰਨੀ ਹੈ ਇਹਨਾਂ ਦੰਦਾਂ ਦਾ ਲੈਣ। ਕਿਆ ਬਾਤ ਹੈ, ਗਰਮੀ ਬਹੁਤ ਸ਼ਦੀਦ ਹੈ ਤੇ ਪਰਸੀਨਾ ਆਉਣ ਲੱਗ ਪਿਆ, ਕੱਪੜੇ ਸਿੱਜਣ ਲੱਗ ਪਏ ਨਾਸਤਾ ਆਸਤਾ। ਜਲੇਬੀ ਜੇ ਵੀ ਟੇਸਟ ਕੀਤੀ ਹੈ ਜੀ, ਤੇ ਹੁਣ ਜੁਲਨੇ ਆ ਅੱਗੇ ਤੇ ਅੰਦਰ ਜੁਲ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਦੁਕਾਨਾਂ ਸ਼ਾਨਾਂ ਵੀ, ਤੇ ਫਿਰ ਜੁਲਨੇ ਆ ਅੰਦਰ ਮੈਂ ਨੇਜ਼ਾਬਾਜ਼ੀ ਵਾਲੇ ਪਾਸੇ। ਇਹ ਇੱਧਰ ਵੀ ਜਿਹੜਾ ਜੀ ਹੈ ਚੁੱਲ੍ਹੇ ਉੱਪਰ ਜਿਹੜਾ ਨਾ ਚਾੜੇ ਆ ਨੇ ਥਾਲ ਜਾਂ ਤੇ ਜਲੇਬੀ ਸ਼ੇ ਵੀ ਬਣਾਉਣੇ ਨੇ, ਇੱਧਰ ਵੀ ਦੁਕਾਨਾਂ ਲੱਗੀਆਂ ਨੇਲੀਆਂ ਅੱਗੇ। ਕਸ਼ਤੀਆਂ ਵਗੈਰਾ ਤਾਂ ਆਈਆਂ, ਝੂਲੇ ਛੂਲੇ ਕਾਫੀ ਸਾਰੇ, ਲੇਕਿਨ ਇਹ ਹੈ ਕਿ ਕੋਈ ਬੱਚੇ ਛੱਚੇ ਕੋਈ ਨਹੀਂ ਨਜ਼ਰ ਆ ਰਹੇ ਕਿਉਂਕਿ ਗਰਮੀ ਹੈ ਬਹੁਤ ਸ਼ਦੀਦ ਕਿਸਮ ਦੀ। ਉਹ ਪਰੇ ਪਾਸੇ ਪਿੱਛੇ ਜਿਹੜਾ ਵਾ ਕੋਈ ਮਾਰਨੇ ਪੇ ਛਾਲਾਂ ਛਾਲਾਂ ਜਾਕੋ ਤੋਂ ਜੰਪਿੰਗ ਕਰ ਰਹੇ ਨੇ, ਬਾਕੀ ਹੋਰ ਕੋਈ ਨਹੀਂ ਹੈ, ਬੱਚੇ ਇੱਦਾਂ ਕੋਈ ਨਹੀਂ। ਤੇ ਜੁੱਲੇ ਹਾਂ ਹੁਣ ਇੱਧਰੋਂ ਥੋੜ੍ਹਾ ਜਿਹਾ ਅੱਗੇ ਤਕਾਉਣੇ ਹਾਂ ਸਾਂਗੀ, ਤਾਂ ਫਿਰ ਉੱਧਰ ਸਲਾਮ ਕਰਕੇ ਦੁਆ ਦਰਬਾਰ ਤੇ ਫਾਤਿਹਾਨੀ ਵਗੈਰਾ ਕਰਕੇ ਤੇ ਅੱਗੇ ਨਿਕਲ ਸਾਂ ਜੀ ਨੇਜ਼ਾਬਾਜ਼ੀ ਦਾ। ਜਿਹੜਾ ਜੀ ਇਹ ਠੱਪਿਆਂ ਛੱਪਿਆਂ ਵਾਲੇ ਵੀ ਆਏ ਇਹਨਾਂ ਦਾ, ਇਹ ਜਿਹੜਾ ਨਾ ਫੋਟੋ ਸ਼ੋਟੋ ਛਿਗਣੇ ਨਾ ਲਗੇ ਨੇ ਐਡੀਟਿੰਗ ਵਗੈਰਾ ਕਰਾਉਣ ਦੇ, ਇਹ ਜਣੇ ਜਿਹੜਾ ਨਾ ਜੰਪ ਮਾਰਨ ਲਗੇ ਨੇ ਇਸਨੇ ਉੱਪਰ। ਇਹ ਥੱਲੇ ਜਿਹੜੇ ਨਾ ਛਾਵੇਂ ਗਰਮੀ ਨਹੀਂ ਹੋ ਜਾ, ਤੂੰ ਛਾਵੇਂ ਲੰਮੇ ਪਏ ਆ ਜਣੇ, ਉੱਚਾ ਜਿਹਾ ਮਾਰਨ ਆਈ ਹਾਂ ਇਹ ਆਇਆ ਜਣਿਆ ਹੋਏ। ਕਿਆ ਬਾਤ ਹੈ, ਇਹ ਇਸ ਪਾਸੇ ਵੀ ਆਇਆ ਜਣਿਆ ਤੇਰੀ ਬਾਜ਼ੀ ਹੋਏ। ਘੋੜਿਆਂ ਲਈ ਜਿਹੜਾ ਵੈ ਲੱਗੀ ਆ ਜੀ ਝੂਲਾ ਜਾ, ਲੇਕਿਨ ਬੰਦ ਹੀ ਪਏ ਸਾਰੇ ਝੂਲੇ, ਕੋਈ ਮੌਤ ਨਾ ਕੂਹਾਂ ਵੀ ਜਿਹੜਾ ਬੰਦ ਹੈ ਕਿਉਂਕਿ ਕੋਈ ਨਹੀਂ ਇਤਨਾ ਜਿਹੜਾ ਨਾ ਆਡੀਅੰਸ ਕੋਈ ਨਹੀਂ ਹੈ, ਬਸ ਇਹ ਹੀ ਦੁਕਾਨਾਂ ਹੀ ਨਾ ਹੋ। ਇਹ ਕੋਈ ਹੈ ਚਿੜੀਆ ਘਰ ਜਾਂ ਵੀ ਆਇਆ ਵੈ, ਸਰ ਕਟਾ ਇਨਸਾਨ ਜਿਸ ਦਾ ਨਾਮ ਹੈ ਸੁਲੇਮਾਨ, ਜਿਹੜਾ ਜੀ ਬੱਚਿਆਂ ਨੇ ਖਿਡਾਉਣਿਆਂ ਛਾਉਣਿਆਂ ਵਾਲੀਆਂ ਦੁਕਾਨਾਂ ਨੇ, ਇਹ ਚੈੱਕ ਕਰੋ ਨਾ ਟਰੈਕਟਰ ਸ਼ੈਕਟਰ ਤਾਂ, ਇਹ ਜਿਹੜਾ ਕਰੇਨਾ ਸ਼ੇਨਾ। ਇਹ ਕਰੇਨ ਕਿਤਨੇ ਨਹੀਂ ਉਸਤਾਦ ਜੀ? 200 ਰੁਪਈਏ ਨਹੀਂ ਤਾਂ ਇਹ ਲਾ ਟਰੱਕ ਹੋ 250 ਰੁਪਈਏ ਨਾ ਜੀ, ਹੈਲੀਕਾਪਟਰ ਇਹ ਲਾ ਕਿਤਨਿਆਂ ਨੇ 200 ਰੁਪਈਏ ਨਾ ਜੀ, ਚੈੱਕ ਕਰੋ ਬਹੁਤ ਸਾਰੇ ਇਹ ਟਰੱਕ ਸ਼ੱਕ ਤਾਂ ਗੱਡੀਆਂ ਛੱਡੀਆਂ ਜਿਹੜਾ ਨਾ ਬਹੁਤ ਸਾਰੀਆਂ ਆਈਆਂ, ਰੇਟ ਸ਼ੇਟ ਇਹ ਪਰਨੇਚਰ ਨੇ ਵੀ ਟੰਗੇ ਨੇ, ਰੇਟ ਸ਼ੇਟ ਜਿਹੜਾ ਨਾ ਕਾਫੀ ਹੋਏ ਨੇ। ਇਹ ਜਾਕਤ ਜਿਹੜਾ ਵਾ ਇੱਥੋਂ ਛਾਪਾਂ ਛੱਲੇ ਤੇ ਚੇਨਾਂ ਛੇਨਾਂ ਜਿਹੜਾ ਵਾ ਕਿੰਨੇ ਨੇ, ਉਹ ਗਿਫਟ ਸ਼ਿਫਟ ਵੀ ਦੇਣੇ ਨੇ, ਹੋਰ ਵੀ ਅੱਗੇ ਪਿੱਛੇ ਜਿਹੜਾ ਨਾ ਇਹ ਰੈਫਲਾਂ ਸ਼ੈਫਲਾਂ ਵੀ ਟੰਗੀਆਂ ਨੇ।
100-100 ਦੀ ਸੇਲ ਲੱਗੀ ਹੈ ਜੀ। ਸਾਰੀਆਂ ਚੀਜ਼ਾਂ ਜਿਹੜਾ 100 ਦੀਆਂ, ਗੁੱਡੀਆਂ ਛੁੱਡੀਆਂ ਹੋ ਗਈਆਂ, ਇਸ ਤੋਂ ਇਲਾਵਾ ਹੋਰ ਵੀ ਹੈ ਪਰਸ ਸ਼ਰਸ, ਇਹ ਪਸ਼ਮੈਂ ਦੀਆਂ ਜਿਹੜਾ ਟੋਪੀਆਂ ਦਾ ਇਹ ਪਰਸ ਜੇ ਬਣੇ ਨੇ, ਇਹ ਵੀ ਦਾ ਇਹ ਸਾਰਾ ਜਿਹੜਾ ਬੈਟਰੀਆਂ ਸ਼ੈਟਰੀਆਂ ਸਾਰਾ 100-100 ਜੀ, ਸਾਰਾ 100-100 ਰੁਪਈਆ ਜੀ। ਚੈੱਕ ਕਰੋ ਇਹ ਕੜੇ ਛੜੇ ਦਾ, ਇਹ ਬਰੈਸਲਟ ਸ਼ੈਸਲਟ ਸਾਰੀਆਂ ਜਿਹੜੀਆਂ ਨਾ ਚੀਜ਼ਾਂ। ਰਸਤਾ ਜੀ ਇਹ ਦਰਬਾਰ ਦਾ ਰੁਪਇਆ ਜਾਣਾ, ਅੰਦਰ ਜਲੇ ਹਾਂ, ਅੰਦਰ ਮਹਿਫਲ ਸਮਾਹ ਹੋਈ ਹੈ ਜੀ। ਇਹ ਪਾਰ ਜਿਹੜਾ ਨਾ ਪੁਰ ਬਜ਼ੁਰਗਾਂ ਦਾ ਨਾਂ ਲਿਖੇ ਆ, ਇਹ ਇਸ ਪਾਸੇ ਮਸਜਿਦ ਹੈ, ਮਸਜਿਦ ਨੇ ਨਾਲ ਇਸ ਪਾਸੇ ਜਿਹੜਾ ਵੈ ਦਰਬਾਰ ਹੈ, ਜੁਲਨੇ ਹਾਂ ਜੀ ਦਰਬਾਰ 'ਤੇ ਹਾਜ਼ਰੀ ਦੇਣੇ ਆ। ਲਓ ਜੀ ਦਰਬਾਰ 'ਤੇ ਹਾਜ਼ਰੀ ਵਗੈਰਾ ਦੇਣੇ ਤੋਂ ਬਾਅਦ ਜੁਲਨੇ ਪਏ ਜੀ ਹੁਣ ਹਲੇ ਪਿੜਾ ਹਲੇ ਪਾਸਾ। ਇੱਧਰ ਕਾਫੀ ਸਾਰੇ ਟੋਲ ਛੋਲ ਵੱਜਣੇ ਨੇ ਪਏ ਜੀ, ਤਾਂ ਪਿੱਛੇ ਆਵਾਜ਼ ਵੀ ਤੁਸੀਂ ਕਮੈਂਟਰੀ ਨਹੀਂ ਅਛਣੀ ਹੋ ਸੀ ਵੀ ਆਵਾਮ ਕਾਫੀ ਸਾਰੀ ਜਾਣੀ ਹੈ ਵੀ ਇੱਧਰ ਇੱਧਰ ਅੱਗੇ ਇੰਨੇ ਦਾ ਬਾਜ਼ੀਦਾਰ ਕੁਝ ਵਾਪਸ ਪਏ ਅਛਣੇ ਨੇ ਬੰਦੇ। ਬੱਚੀ ਜਿਹੜਾ ਜੀ ਬੈਠੀ ਹੈ ਠੱਪਿਆਂ ਛੱਪਿਆਂ ਵਾਲੀਆਂ ਸਟਾਲ ਲਾਇਆ ਨੇ ਇੱਧਰ ਪਾਈ ਹੋਰ ਇਮਲੀ ਆਲੂ ਬੁਖਾਰਾ ਜੀ ਉਸਤਾਦ ਜੀ, ਕਾਫੀ ਸਾਰੇ ਲਾਏ ਸਟਾਲ ਇੱਥੇ ਵੀ, ਇਹ ਕੋਈ ਘੋੜਿਆਂ ਛੋੜਿਆਂ ਵਾਲੇ ਵੀ ਤਾਂ ਗਰਾਉਂਡਾਂ ਵਿੱਚ ਜੁਲਨੇ ਆ ਜੀ। ਇਹ ਪਾਈ ਔਰ ਗੁਲਗੰਡੇ ਵਾਲੇ ਵੀ ਲਾਏ ਆ ਨੇ ਜਿਹੜਾ ਨਾ, ਇਹ ਖਾਣ ਲੱਗੇ ਆ ਜਣਾ ਗੁਲਗੰਡਾ ਏ ਲਾ। ਇਹ ਗੁਲਗੰਡਾ ਆਖਣੇ ਜੀ, ਇਸ ਕੀ ਕੀ ਆਖਣੇ ਨੇ, ਗੋਲਾ ਆਖਣੇ ਨੇ, ਗੁਲਫਾ ਜੀ। ਇਹ ਨਾਲ ਲਾਇਆ ਇਹਨਾਂ ਸਟਾਲ, ਇਹ ਜਿਹੜਾ ਜੀ ਪਿੜ ਹੈ, ਚੈੱਕ ਕਰੋ ਘੋੜੇ ਜਿਹੜਾ ਨਾ ਬਰਫੂ ਨਾ ਅਸਾਂ ਵੀ ਜਿਹੜਾ ਨਾ ਗੋਲਾ, ਇਹ ਗੁਲਗੰਡਾ ਇਸ ਕੀ ਜਿਹੜਾ ਨਾ ਆਖਣੇ ਹੋਣੇ ਸਨ ਖਾਣ ਔਰ ਬਣਾਉਣੇ ਨੇ। ਹੁਣ ਇੱਕ 50 ਨਾ ਦੱਸਿਆ ਨੇ ਤਾਂ 100 ਰੁਪਈਏ ਨਾ ਵਿੱਚ ਬਰਫ ਲਾਈ ਨੇ, ਤਾਂ ਉਹ ਥੱਲੇ ਪਾ ਤਾਂ ਬਰਫ ਨਿਕਲਣੀ ਵੀ ਹੈ, ਇਹ ਹੁਣ ਖਾਣੇ ਆ ਜੀ ਤੇ ਫਿਰ ਜਿਹੜਾ ਨਾ ਸਾਨੂੰ ਦੱਸਣੇ ਆ। ਇਹ ਕੋਨੇ ਜੇ ਰੱਖੇ ਨੇ ਇੱਧਰ ਗਲਾਸਾਂ ਵਿੱਚ ਲਾਇਆ ਨੇ, ਇਹ ਇਸਨੇ ਵਿੱਚ ਫਿਰ ਹੁਣ 700 ਨਪਰੂ ਰੰਗ, ਇਹ ਮੁਖਤਲਿਫ ਰੂਹ ਅਫਜ਼ਾਤ ਫਲੇਵਰ ਸ਼ੇਵਰ ਰੱਖੇ ਨੇ, ਇਹ ਨਿੱਕੇ ਕੀ ਜਿਹੜਾ ਦਿੱਤਾ ਨੇ, ਇਹ ਹੁਣ ਪਾਉਣ ਲੱਗੇ ਆ ਉੱਪਰ ਜਿਹੜਾ ਨਾ। ਬੱਚੇ ਬਹੁਤ ਜ਼ਿਆਦਾ ਖਾਣੇ ਜੀ, ਇਹ ਤੁਸਾਂ ਵੀ 300 ਆਉਣਾ ਜੀ, ਇਹ ਵੀ 300 ਹੈ, ਕਿਆ ਬਾਤ ਹੈ ਜੀ। ਕੱਪੜੇ ਹੀ ਨਾ ਭਰ ਜੋੜੇ, ਰੰਗ ਬਹੁਤ ਜ਼ਿਆਦਾ ਪਏ ਆ ਵਿੱਚ, ਰੰਗ ਇਸ ਨਾਲ ਜਿਹੜਾ ਜੀ ਖਤਮ ਹੋ ਗਿਆ ਵੈ, ਇਹ ਹੈ ਚੈੱਕ ਕਰੋ। ਇੱਧਰ ਹੈ ਭਾਈ ਹੋਰਾਂ ਕਿੱਦਾਂ ਜੀ ਗੋਲਾ ਜਿਹਾ ਵੀ ਖਾਣੇ ਨੇ ਪਏ, ਖਾਣ ਹੋਰਾਂ ਕੋਲ ਕਾਫੀ ਰਸ਼ ਲੱਗ ਗਿਆ ਜੀ, ਬੱਚੇ ਬਹੁਤ ਖਾਣੇ ਨੇ, ਗਰਮੀ ਹੈ ਨਾ। ਅਜੀ ਤਾਂ ਵੀ ਉਸ ਪਿੱਛੇ ਜਿਹੜਾ ਵਾ ਬਰਫ ਹੀ ਰਹਿ ਗਈ ਹੈ, ਰੰਗ ਇਸ ਨਾਲ ਤਕਰੀਬਨ ਜਿਹੜਾ ਵਾ ਫਲੇਵਰ ਖਤਮ ਹੀ ਹੋ ਗਿਆ, ਤੇ ਹੁਣ ਮਾੜਾ ਪੈਸੇ ਪੂਰੇ ਹੋ ਗਏ ਨੇ ਇਸਨੇ, ਬਸ ਕਰੀਏ ਚੱਲੀਏ। ਇੱਥੋਂ ਵੀ ਉਹ ਚੈੱਕ ਕਰੋ ਜੀ, ਝੰਡੇ ਬੜੇ ਸੋਹਣੇ ਜਿਹੇ ਆਈਆਂ ਲਾਏ ਨੇ, ਤੇ ਨਾਲ ਘੋੜੇ ਵੀ ਜਿਹੜਾ ਨਾ ਸਾਈਡਾਂ ਨਾਲ ਜਾ ਆ ਰਹੇ ਨੇ। ਆਈ ਹੈ ਜੀ ਟੀਮ, ਸ਼ਾਨਦਾਰ ਛੱਕਾ ਜੀ, ਪਿਛਲਾ ਘੋੜਾ ਥੋੜ੍ਹਾ ਸਲੋ ਰਿਹਾ ਲੇਕਿਨ ਪੱਟ ਖੜਿਆ ਜੀ। ਨਿਜ਼ਾਬਾਜ਼ੀ ਜਿਲ੍ਹਾ ਸ਼ੁਰੂ ਹੋਣੀ ਹੈ ਜੀ, ਤੇ ਇੱਕ ਸ਼ੇਰ ਪੜ੍ਹਨੇ ਹੋਣੇ ਨਾ ਕਿ ਰੋਸ਼ਨ ਹੋਈ ਸ਼ਮਾਂ ਤੋਂ ਜਲਨੇ ਲੱਗੇ ਪਰਵਾਨੇ, ਆਗਾਜ਼ ਤੋਂ ਬਿਸਮਿਲ੍ਲਾ ਅੰਜਾਮ ਖੁਦਾ ਜਾਣੇ। ਆਏ ਹਾਏ ਹਾਏ ਹਾਏ, ਸ਼ਾਨਦਾਰ ਛੱਕਾ ਜੀ। ਨਿਜ਼ਾਬਾਜ਼ੀ ਜਿਹੜਾ ਜੀ ਇਹ ਰਈਸਾਂ ਨਾਲ ਤਗੜੇ ਲੋਕਾਂ ਨਾਲ ਜਿਹੜਾ ਨਾ ਸ਼ੌਕ ਹੈ, ਤਾਂ ਇਹ ਆਮ ਬੰਦਾ ਜਿਹੜਾ ਵੈ ਘੋੜਾ ਰੱਖ ਹੀ ਨਹੀਂ ਸਕਣਾ, ਉਹ ਆਉਣ ਜਾਂ ਬਿਲਕੁਲ ਮਾੜਾ ਬੰਦਾ ਘੋੜਾ ਰੱਖ ਸਕਣਾ, ਤਾਂ ਜਾਂ ਬਹੁਤ ਤਗੜਾ ਬੰਦਾ ਘੋੜਾ ਰੱਖ ਸਕਣਾ। ਇਹ ਤੁਸੀਂ ਸਾਹਮਣੇ ਤੱਕ ਸਕਣੇ ਹੋ, ਜਾਣੀ ਪਈ ਪਜਾਰੋ ਪਿੱਛੇ ਬੱਧੇ ਆ ਨੇ ਡਾਲਾ, ਇਸਨੇ ਵੀ 5-6 ਘੋੜੇ ਲੱਦੇ ਛਿਕੇ ਅਸਕਮ ਹੈਗੀ।
ਏ ਇਧਰ ਜਿਹੜਾ ਜੀ ਘੋੜੇ ਕੀ ਡਾਂਸ ਪੇ ਕਰਾਣੇ ਨੂੰ ਢੋਲਾ ਪਰ ਜਿਹੜਾ ਨਾ ਆਪਣਾ ਸ਼ੋਅ ਲਾਇਆ ਇਧਰ ਮਾਰੀ ਹੈ ਜੀ ਲੱਤਾਂ ਮਾਰਨ ਲੱਗ ਪਿਆ ਘੋੜਾ ਨੱਚਣਾ ਵੀ ਹੈ ਨਾਲ ਲੱਤਾਂ ਵੀ ਮਾਰਨਾ ਚੈੱਕ ਕਰੋ ਜੀ ਘੋੜੇ ਦਾ ਨਖਰਾ ਚੈੱਕ ਕਰੋ ਨੇਜ਼ਾਬਾਜ਼ੀ ਮਹਿਮਾਨੇ ਖਸੂਸੀ ਨਿਯਾਮਤ ਵੀ ਆਪਣੇ ਮਖਸੂਸ ਅੰਦਾਜ਼ ਵਿੱਚ ਆਉਣੀ ਹੈ ਜੀ ਚੈੱਕ ਕਰੋ ਅੱਗੇ ਘੋੜੇ ਲੱਗੇ ਨੇ ਪਿੱਛੇ ਗੱਡੀਆਂ ਚੌਰੀ ਹਸਨ ਮਹਿਮੂਦ ਰਿੰਦਵਾਣਾ ਮਿੱਠਾ ਲੱਗ ਸਕੋ ਥਾ ਅੱਛੀ ਟੀਮ ਨੰਬਰ 12 ਇਸ ਰਾਊਂਡ ਦੀ ਆਖਰੀ ਟੀਮ 12 ਅੱਗੇ ਫਾਰੂਕ ਗੁੱਜਰ ਕੋਹਿਨੂਰ ਮਿਲ ਰਿਹਾ ਬਲਪਿੰਡੀ 9-4 ਲਓ ਜੀ 12 ਟੀਮਾਂ 12 ਲਾਈ ਸੱਜੇ ਪਾਸਿਓ ਆਵਾਮ ਜਿਹੜੀ ਹੈ ਜੀ ਬਹੁ ਅੱਗੇ ਚੜ ਜਾਣੀ ਸੀ ਦੇਖੋ ਵੀਡੀਓ ਸਹੀ ਨੀ ਬਣੀ ਹੈ ਤੱਕੇ ਇੱਧਰ ਬਹੁ ਆਵਾਮ ਚੜੀ ਹੈ ਇਹ ਚੱਕਾ ਚੈੱਕ ਕਰੋ ਜੀ ਇਹਨਾਂ ਨਾਲ ਚਾਰੇ ਬੰਦੇ ਕਿੱਲਾ ਪੱਟਣ ਦੇ ਆਣੇ ਸ਼ਾਨਦਾਰ ਛੱਕਾ ਹਾਜੀ ਮਾਰ ਰਿਹਾ ਦੁਸ਼ਾ ਦਾ ਲਗਭਗ 202 ਜੀ ਮੈਚ ਦੇ ਲੱਛੇ ਦੀ ਓ ਤਾਲੀਆਂ ਸ਼ਾਬਾਸ਼ ਭਾਈ ਸ਼ਾਬਾਸ਼ ਕੀ ਬਾਤ ਹੈ ਤੇ 16 ਨੰਬਰ ਜੀ ਪਸੇ ਗਿਆ ਤਾਂ ਨੌ ਸ਼ੇਰ ਹੈ ਦਰਸ਼ਾ ਅੱਠ ਨੰਬਰ ਜੀ ਬਾਬਾ ਮੁਸ਼ਕੀ ਬਾਬਾ ਆਹਾ ਘੋੜਾ ਮੌਲਾਈ ਸ਼ਾਬਾ ਵਾਹ ਘੋੜਾ ਤੇ ਵਾਹ ਸਵਾਰ ਵੈਰੀ ਗੁੱਡ ਤਾਲੀਆਂ ਵੈਰੀ ਗੁੱਡ ਬਾਈ ਵੈਰੀ ਗੁੱਡ ਜ਼ਿੰਦਾਬਾਦ 16 ਨੰਬਰ ਬਹੁਤ ਖੂਬ ਅੱਛਾ ਰਿਜ਼ਲਟ ਹੈ ਜ਼ਿੰਦਾਬਾਦ ਬਹੁਤ ਖੂਬ ਟੀਮ ਦੀ ਕਾਮਯਾਬੀ 1000 ਰੁਪਏ ਹੌਸਲਾ ਦਾਈ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਜੀ ਖਤਮ ਹੋ ਗਈ ਹੈ ਜੀ ਨੇਜ਼ਾਬਾਜ਼ੀ ਚੈੱਕ ਕਰਨੇ ਉਸ ਹੋ ਗਏ ਆਵਾਮ ਜਿਹੜੀ ਹੈ ਨਸ ਪਈ ਹੈ ਰੱਸੀ ਮਾਰ ਜੋੜੀ ਨੇ ਤਾਂ ਕਿ ਰੱਸੀ ਨੇ ਵਿੱਚ ਜਲਾਣਾ ਕੋਈ ਨਾਚ ਹੈ ਉਸ ਤੋਂ ਬਾਅਦ ਫਿਰ ਅਸੀਂ ਨਿਕਲੇ ਹਾਂ ਜੀ ਗੁਜਰ ਖਾਨ ਜਾਣਾ ਸੀ ਤਾਂ ਬਹੁਤ ਸਾਰਾ ਰਸ਼ ਜਿਹੜਾ ਨਾ ਪੈ ਗਿਆ ਇਹ ਪਿੱਛੇ ਤੁਸੀਂ ਚੈੱਕ ਕਰੋ ਗੱਡੀ ਉੱਪਰ ਗੱਡੀ ਦੇ ਯਕਦਮ ਆਵਾਮ ਨਿਕਲੀ ਹੈ ਇਹ ਘੋੜਾ ਵੀ ਵਿੱਚ ਫਿਰਨਾ ਪਿਆ ਰੋਡਾ 'ਤੇ ਨੇਜ਼ਾਬਾਜ਼ੀ ਜਿਹੜੀ ਆ ਖਤਮ ਹੋ ਗਈ ਹੈ ਪਿੱਛੇ ਤੁਸੀਂ ਤੱਕਣੇ ਹੋ ਸੋ ਫੇ ਹੁਣ ਇਨਾਮ ਸ਼ਾਮ ਦੇ ਸਨ ਤੁਹਾਨੂੰ ਦੋ ਟੀਮਾਂ ਨੇ ਇੱਕ ਜਿਹੜੀ ਆ ਨੜਾਲੀ ਵਾਲੀ ਹੈ ਤਾਂ ਇੱਕ ਹੋਰ ਹੈ ਪਤਾ ਨਹੀਂ ਜੇਹਲਮ ਵਾਲੀ ਹੈ ਇਹ ਜਿਹੜਾ ਵਾ ਫਸਟ ਹੈ ਸੈਕਿੰਡ ਆਈਆਂ ਅਸਾਂ ਹੁਣ ਜਾਣਾ ਵਾ ਗੁਜਰ ਖਾਨ ਨਾਲ ਹੀ ਕੰਮ ਹੈ ਤਾਂ ਉਮੀਦ ਕਰਸਾਂ ਤੁਸਾਂ ਕਿ ਅੱਜ ਨਾ ਵਲੋਗ ਪਸੰਦ ਆਇਆ ਉਸ ਵਲੋਗ ਪਸੰਦ ਆਇਆ ਵੀਡੀਓ ਕੀ ਲਾਈਕ ਜ਼ਰੂਰ ਕਰਨਾ ਔਰ ਚੈਨਲ ਦੀ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਅਗਲੀ ਵੀਡੀਓ ਤੱਕ ਅੱਲਾ ਹਾਫਿਜ਼